ਇਸ ਦਰਬਾਰ ਨੂੰ। ਸੋ ਬੇਨਤੀ ਕਰਦਾ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਦਲ ਸਟੇਜ 'ਤੇ ਆਉਣ, ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ। ਮੈਂ ਧੰਨਵਾਦ ਕਰਦਾ ਸਾਂਝਾ ਪੰਜਾਬ ਦਾ। ਜਦੋਂ ਵੀ ਕਿਤੇ ਕੋਈ ਵੀ ਪ੍ਰੋਗਰਾਮ ਹੁੰਦਾ ਸਾਂਝਾ ਪੰਜਾਬ ਝਾਂਜਰ ਪ੍ਰੋਗਰਾਮ, ਅਤੇ ਇਹ ਲਾਈਵ ਪ੍ਰੋਗਰਾਮ ਬੈਠੇ ਸਾਡੇ ਬਜ਼ੁਰਗ ਸਾਡੇ ਬੱਚੇ ਜਿਹੜੇ ਘਰਾਂ ਵਿੱਚ ਬੈਠੇ ਦੇਖ ਸਕਦੇ ਨੇ, ਤਾਂ ਹੀ ਆ, ਕਿਉਂਕਿ ਸਾਂਝਾ ਪੰਜਾਬ ਹਮੇਸ਼ਾ ਇੱਥੋਂ ਲਾਈਵ ਚੱਲਦਾ। ਸਪੈਸ਼ਲੀ ਬਹੁਤ ਸਾਂਝੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਨ ਇਹਨਾਂ ਨੂੰ ਵੀ ਇਸੇ ਤਰ੍ਹਾਂ ਬਲ ਅਤੇ ਉਦਮ ਬਖਸ਼ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਰਹਿਣ। ਸਰਦਾਰ ਗੁਰਪ੍ਰੀਤ ਸਿੰਘ ਜੀ ਬਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਿਗੁਰਾਂ ਦੀ ਗੋਦਾ ਨਿਗਮਾਨ ਦੀ ਸੁੱਚੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੱਗਦਾ ਇੱਦਾਂ ਵੀ ਆਪਾਂ 2018 ਨੂੰ ਵਿਦਾਇਗੀ ਦੇਣੀ, ਸੁਸਤੀ 'ਚ ਬੈਠੇ ਆਪਾਂ, ਇੱਕ ਫਤਿਹ ਦਾ ਜਵਾਬ ਥੋੜ੍ਹਾ ਜਿਹਾ ਜਮਾਂ ਜਾਂਦੇ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀਓ, ਦਿਲ ਦੇ ਵਿੱਚ ਗੱਲਾਂ ਤਾਂ ਬਹੁਤ ਆ ਕਰਨ, ਪਰ ਅੱਜ ਆਪ ਜੀ ਦੇ ਚਰਨਾਂ 'ਚ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਕੁਛ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟਾਂ ਬਾਰੇ ਜੋ ਤੁਸੀਂ ਸਾਨੂੰ 38 ਮਹੀਨੇ ਪਹਿਲਾਂ ਸੇਵਾ ਬਖਸ਼ੀ ਸੀ, ਸਤਿਗੁਰਾਂ ਦੇ ਆਸ਼ੀਰਵਾਦ ਨਾਲ, ਤੁਹਾਡੇ ਸਹਿਯੋਗ ਨਾਲ ਬਹੁਤ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ। ਅਸੀਂ ਸੱਚ ਜਾਣਿਓ ਇਸ ਚੀਜ਼ ਦੇ ਕਾਬਿਲ ਨਹੀਂ ਸੀ। ਜਿਸ ਦਿਨ ਅਸੀਂ ਚਾਰਜ ਲਿਆ, ਮੈਂ ਇੱਥੇ ਇਹ ਨਹੀਂ ਦੱਸਣਾ ਵੀ ਸਾਡੇ ਸਿਰ ਕਿੰਨਾ ਕਰਜ਼ਾ ਸੀ, ਕਿੰਨਾ ਲਾਇਆ। ਇਹ ਗੱਲਾਂ ਜਿਹੜੇ ਢਹਿੰਦੀ ਕਲ ਵਾਲੇ ਵਿਚਾਰ ਹੁੰਦੇ ਆ ਉਹ ਗੱਲਾਂ ਕਰਦੇ ਹੁੰਦੇ ਆ। ਕਾਮਯਾਬ ਇਨਸਾਨ ਜ਼ਿੰਦਗੀ ਦੇ ਵਿੱਚ ਉਹ ਹੁੰਦਾ ਪਿੱਛੇ ਕੀ ਹੋ ਗਿਆ, ਅੱਗੇ ਦੇਖੋ, ਅਸੀਂ ਉਸ ਬਾਰੇ ਸੋਚਿਆ ਨਹੀਂ। 1 ਮਹੀਨੇ ਬਾਅਦ ਪ੍ਰੋਜੈਕਸ਼ਨ ਕੀਤੀ, ਸਾਰਾ ਕੁਝ ਤੁਹਾਡੇ ਸਾਹਮਣੇ, ਸਾਡੀ ਸਾਰੀ ਪ੍ਰਬੰਧਕ ਕਮੇਟੀ, ਬੜੇ ਵੱਡੇ ਭਾਗੀ ਆ ਸਤਿਗੁਰਾਂ ਨੇ ਇਸ ਸੇਵਾ ਲਈ, ਜਿੰਨਾ ਤੁਸੀਂ ਪਿਆਰ ਸਤਿਕਾਰ ਦਿੱਤਾ। ਸਤਿਗੁਰਾਂ ਗਾੜੀ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਜੀਓ, ਜਿੰਨਾ ਸੰਗਤਾਂ ਨੇ ਪਿਆਰ ਦਿੱਤਾ ਇਹ ਸਾਨੂੰ ਪਹੁੰਚਾਉਣ ਦੀ ਹਿੰਮਤ ਬਲ ਬਖਸ਼ੀ। ਕਦੀ ਸਾਡੇ ਮਨਾਂ 'ਚ ਹੰਕਾਰ ਨਾ ਹੋਵੇ, ਜੋ ਕੁਛ ਕੀਤਾ ਜਿੰਨੀ ਕੁ ਸੋਚੀ ਸੀ ਤੁਹਾਡੇ ਸਾਹਮਣੇ, ਜਿੰਨਾ ਕੁ ਅਸੀਂ ਸਿੱਖ ਰਹਿਤ ਮਰਿਆਦਾ 'ਤੇ ਪਹਿਲਾਂ ਦੇ ਸਕੇ, ਸਿੱਖੀ ਅਸੂਲਾਂ 'ਤੇ, ਪੰਥ ਦੀ ਚੜ੍ਹਦੀ ਕਲਾ ਜੋ ਇੱਥੋਂ ਸੇਵਾ ਕਰ ਸਕੇ, ਉਹ ਸਾਰਾ ਕੁਛ ਤੁਹਾਡੇ ਸਾਹਮਣੇ। ਮੈਂ ਕੁਛ ਚੀਜ਼ਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਚਾਹੁੰਦਾ, ਕਿਉਂਕਿ ਇਹ ਮੇਰਾ ਆਪਣਾ ਪਰਿਵਾਰ ਆ, ਮੇਰੀਆਂ ਧੀਆਂ ਭੈਣਾਂ ਮਾਤਾਵਾਂ, ਬਜ਼ੁਰਗ ਵੀਰ ਬੱਚੇ ਬੈਠੇ ਆ। ਜੇ ਸਾਰਾ ਕੁਛ ਆਪ ਜੀ ਦੇ ਸਾਹਮਣੇ ਨਾ ਰੱਖਾਂ, ਮੈਂ ਗੁਰੂ ਦਾ ਦੇਣਦਾਰ ਹਾਂ ਅਤੇ ਆਪ ਜੀ ਦਾ ਵੀ ਦੇਣਦਾਰ ਹਾਂ। ਕਿਚਨ ਦੀ ਆਪਾਂ ਨੂੰ ਬੜੀ ਸਖ਼ਤ ਜ਼ਰੂਰਤ ਸੀ। ਜਦੋਂ ਦੀ ਉਹ ਸ਼ੁਰੂ ਕੀਤੀ ਹੈ ਕਿਚਨ ਦਾ ਪ੍ਰੋਜੈਕਟ, ਹੁਣ 2018 ਤੱਕ ਉਹਦੇ ਉੱਪਰ 2,66,312 ਡਾਲਰ ਜਿਹੜੇ ਕਿ ਪੇਡ ਆ, ਕੋਈ ਬਿੱਲ ਕੁਛ ਕਹਿੰਦੇ ਨਹੀਂ ਆ। ਉਸ ਤੋਂ ਬਾਅਦ ਜੋ ਬਾਹਰ ਕਬੱਡੀ ਦੀਆਂ ਕਰੋੜਾਂ ਸਨ ਜਿਹੜੇ ਮੁਕੱਦਮੇ ਚੱਲਦੇ ਸੀ, ਉਹ ਕਲੀਅਰ ਕਰਾ ਕੇ ਉਹਨਾਂ ਦੇ ਵਿੱਚ ਘਾਹ ਗ੍ਰੇਡਿੰਗ ਸਭ ਕੁਛ ਕਰਨਾ, ਉਹਦੇ 'ਤੇ 31,89 ਡਾਲਰ ਲੱਗੇ। ਲੈਂਡਸਕੇਪਿੰਗ ਈਸਟ ਸਾਈਡ ਬਿਲਡਿੰਗ ਕੀਤੀ, ਉਹ 20,000 ਲੱਗਾ। ਜਿਹੜੀ ਫੀਲਡਾਂ ਸੀ ਆਪਣੀਆਂ, ਉਹ ਜੋ TRC ਗੌਰਮੈਂਟ ਦੀ ਬੋਡੀ ਉਹਦੇ ਨਾਲ ਮੁਕੱਦਮਾ ਚੱਲਦਾ ਸੀ, ਕਲੀਅਰ ਹੋਣ ਦੇ ਬਾਅਦ ਸਪ੍ਰਿੰਕਲ ਸਿਸਟਮ ਸਾਰਾ, ਉਹਦੇ 'ਤੇ 53,392 ਡਾਲਰ ਲੱਗੇ। ਜੋ ਕੰਪਿਊਟਰਾਈਜ ਸਾਰੀਆਂ ਸੀਟਾਂ ਕੀਤੀਆਂ, ਅੱਗੇ ਆਪਾਂ ਸੀਟਾਂ ਹੱਥ ਨਾਲ ਕੱਟਦੇ ਸੀ, ਹੁਣ ਨਾਲ ਦੀ ਨਾਲ ਕੰਪਿਊਟਰ 'ਚ ਪਾਈ ਜਾਂਦੀਆਂ, ਅਤੇ ਉਹਦੇ ਉੱਪਰ 18,735 ਡਾਲਰ ਲੱਗਾ। ਫਿਰ ਜਿਹੜੀਆਂ ਪੌੜੀਆਂ ਇੱਧਰਲੇ ਪਾਸੇ ਵੱਡੀਆਂ ਬਾਹਰਲੇ ਪਾਸੇ ਬਣਾਈਆਂ, ਇਹਦੇ 'ਤੇ 40,680। ਸਮਰ ਦੇ ਵਿੱਚ
ऐसा बच्चा का कैंप लगा 13,435 उत्थे लाए सिटी की इंस्पैक्शन सारे गुरुद्वारे की हुई 9,652 डॉलर फिर जरा ऐसा का कैंप से 19,981 थले किचन नव वागन कूलर के नाल कंक्रीट वाल जी मूव कराई पेंट किते वो आप 11,000 जोड़ा बार गारबिलपुर रिम थले उतरता नवी डोर की लोड़ सी 8,475 डॉलर रेनोवेशन मेन हॉल पेंटिंग हॉल जिन्हिया कंधा से अपन 25,542 जी कंस्ट्रक्शन पिछली डेयरी कॉर्नर से वो बनी है 31,290 आप मशीन बाको खरीदी वो आप मशीन 39,380 की तो मेरा ख्याल आप उसका काम कोई 4,00,000 तो उपर का काम ले लिया जिनी मिट्टी पई सी सिटी के मुताबिक सानू इतों बाहर सुटनी पई उसे अपना 13,172 डॉलर लगा पर मैं बारे बारे जमा अपने ट्रक वाले वीर ने किसी वीर ने भी एक पैनी निशा तो चार्ज की फ्री सेवा की। फिर उस बाद जो लोन पहला आप लेते होंगे भी सानू इन्ने पैसे दे दो इन्ने परसेंट दे इंटरस्ट फ्री लोन वो जो भी सी साढ़े सिर वो 1,30,000 रुपया मोड़िया हूँ दो एयर कंडीशन नवे लगने बड़े वो फरवरी लक्षा दे मार्च में भी तो वह डिपोजिट असं 30,510 डॉलर दे चुके हैं तो 20,000 वह जो रहा गुरद्वारा साहब विखे एक परिवार तो लोन लिया गया सी वो आप सारा लोन पे करके बैंक तो मोड़ के ले 3,87,000 रह गई। जो असी गुरद्वारा साहब मैनेजमेंट टेकओवर की इस दे उपर मॉर्गेज 3.7 मिलियन सी जो कि अज 2,08,081 दे लगे करीब के मॉर्गेज 1 मिलियन आप मॉर्गेज लाई टोटल जरा खर्चा 7,94,788 पर गुरु प्यारियो ये मैं चिंता नहीं मेरी जो अपने ट्रेयर खजाना मंत्री भुपिंदर सिंह बाट साढ़े असिस्टेंट रही है हरपाल सिंह तुम देखे जी जवान जहाँ बच्चा इतने सेवा करता बहुता नहीं तो नाल मेरे सत्कारयोग सारे रागी साहबान पाठी सिंह उन्होंने बहुत बड़ा योगदान पाया। मैं ये नहीं कह सकता मैंने 1,50,000 की लेबर बचाई पर 7-8 लाख तो घट इन वीर ने यह लेबर बचाई सतगुरु चढ़ जाए अगला बख्शन। अज गुरु प्यारे जो अज मैं भुपिंदर सिंह साढ़े खजाना मंत्री तो हस्ताव मंगया मेरे कोई लफ्ज नहीं कि लफ्ज है मैं भीरों तुहाडा पैरों धन्यवाद करा मैं अपने गुरु का बहुत शुक्र गुजार हाँ झोलियां भरिया ने सा अज बैंक अकाउंट जोड़ा इंटीरियर खास कर डिक्शी गुरद्वारा साहिब अकाउंट के 6,70,000 डॉलर अकाउंट पे 2,50,000 की लाइन ऑफ क्रैडिट जी असी यूज नहीं की कभी तो वह अकाउंट कर लिए 9,20,000 डॉलर अज तो अकाउंट पे आया तो मैं माण आ साड़ी इस प्रबंधक कमेटी को मेरे बड़े वीर देश के सरपंच सिंह पंडोरी साड़ी कमेटी जरूर है सच जाने सब कुछ यही है हेड आ इन्हों के तजर्बे तो सीध लैके इतने तक पहुंचे हैं जो तुम दसना उनकी किट के डालर 100-50 जो कुछ भी दिता वो ही घड़े भरे कोई साढ़े सिर लोन नहीं है सवाए मोड़गे तो अज मेरे इतने तो बहुत ही सत्कारयोग वीर आए वो कहते जी कार सेवा चल रही है कि चलती असी परिवार वालों सेवा करनी चाहते हैं 50,000 डालर अज कार सेवा च पा के गए अज मेरे वीर दफ्तर च बैठे जो मैं भुपिंदर सिंह तो हिसाब लै रहा सी तो वह मैनू कहिंदे वी गुरप्रीत भाजी 9,20,000 नहीं मिलियन तो जदों अद्धे घंटे बाद वीर जी 50,000 दे गए तो मैं क्या गुरसिख वीर के बोल पूरे हुए है 9,20 तो
ਪੰਜਾਬ ਨੂੰ ਪਾ ਕੇ 970 ਅਤੇ ਬਾਕੀ ਆਪ ਜੀ ਦਾ ਜੋ ਅੱਜ ਚੜਾਵਾ ਡੀ ਸੀ ਦੇ ਇਤਿਹਾਸ ਵਿੱਚ ਸਤਿਗੁਰਾਂ ਦਾ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ। ਬੜੀਆਂ ਝੋਲੀਆਂ ਭਰੀਆਂ ਮੇਰੇ ਗੁਰੂ ਨੇ, ਇਹ ਸਾਰਾ ਕੁਝ ਤੁਹਾਡੇ ਪਿਆਰ ਸਦਕਾ ਅਤੇ ਅੱਜ 1 ਮਿਲੀਅਨ ਤੋਂ ਪੱਟਾ ਪਲੇ ਪਾਉਂਦੇ। ਇਹ ਆਪਣੇ ਬੈਂਕ ਬੈਲੈਂਸ ਆ, ਮਾੜੇ ਮੋਟੇ ਜਿਹੜੇ ਅਸੀਂ ਵੀ ਖਰਚੇ ਗਰੋਸਰੀ ਉਹੀ ਆ, ਉਹੀ ਪੈਸਾ ਨਹੀਂ ਦੇਣ ਵਾਲਾ, ਸਾਰਾ ਕੁਛ ਕਲੀਅਰ ਹੈ। ਜਿੱਥੇ ਤੁਸੀਂ 300 ਇੰਨਾ ਯੋਗਦਾਨ ਪਾਇਆ ਸੇਵਾ ਦੇ ਵਿੱਚ, ਮੈਂ ਆਪ ਜੀ ਦੇ ਕੋਲੋਂ ਹੱਥ ਜੋੜ ਕੇ ਇਹੋ ਬੇਨਤੀ ਕਰਦਾ, ਸਾਡੇ ਕੋਲੋਂ ਸੇਵਾ ਕਰਦਿਆਂ ਕਿਤੇ ਗਲਤੀ ਹੋਈ ਹੋਵੇ, ਕਿਸੇ ਦੇ ਖਿਲਾਫ ਕੋਈ ਵੱਧ ਘੱਟ ਕਰ ਬੋਲ ਗਿਆ ਹੋਵੇ, ਅਸੀਂ ਤੁਹਾਡੇ ਹੀ ਹਾਂ, ਮਾੜੇ ਹਾਂ ਚੰਗੇ ਹਾਂ ਤੁਹਾਡੇ ਹਾਂ। ਸਾਨੂੰ ਹਮੇਸ਼ਾ ਸਲਾਹ ਦਿਆ ਕਰੋ, ਹੁਕਮ ਕਰਿਆ ਕਰੋ, ਜਿਹੜੇ ਕੁਛ ਮਹੀਨੇ ਹੋਰ ਸੇਵਾ ਦੇ ਰਹਿ ਗਏ ਉਸ ਦੇ ਵਿੱਚ ਦਰਜੀਤ ਸਿੰਘ ਜੀ ਨੇ ਪਹਿਲਾਂ ਦੱਸਿਆ ਕਿਚਨ ਦਾ ਪ੍ਰੋਜੈਕਟ ਗੁਰ ਕਿਰਪਾ ਕਰੇ ਮਾਰਚ ਵਿੱਚ ਕੰਪਲੀਟ ਹੋ ਜਾਵੇਗਾ, ਉਸ ਤੋਂ ਪਹਿਲਾਂ ਉਮੀਦ ਹੈ। ਨਾਲ ਹੀ ਸੱਚਖੰਡ ਨੂੰ ਅਤੇ ਈਸਾ ਜਿੱਦਾਂ ਐਕਸਟੈਂਡ ਕੀਤਾ ਗਿਆ, ਆਉਣ ਵਾਲੇ ਸਮੇਂ 'ਚ ਜਿਹੜੇ ਵੀ ਮੇਰੇ ਪ੍ਰਬੰਧਕ ਵੀ ਆਉਣਗੇ ਅਤੇ ਉਹ ਵੈਸਾ ਵੀ ਇਸੇ ਤਰ੍ਹਾਂ ਵੱਡਾ ਹੋਵੇਗਾ। ਅਤੇ ਮੈਂ ਆਪ ਜੀ ਦੇ ਚਰਨਾਂ 'ਚ ਇਹੋ ਬੇਨਤੀ ਕਰਦਾ, ਤੁਸੀਂ ਬਹੁਤ ਬਹੁਤ ਜ਼ਿਆਦਾ ਸਤਿਕਾਰ ਦਿੱਤਾ, ਬਹੁਤ ਪਿਆਰ ਦਿੱਤਾ, ਮੇਰਾ ਸਿਰ ਚੁੱਕਦਾ ਤੁਹਾਡੇ। ਸਾਡੇ ਕੋਲ ਕੋਈ ਲਫ਼ਜ਼ ਨਹੀਂ, ਕਿਹੜੇ ਲਫ਼ਜ਼ਾਂ ਨਾਲ ਅਸੀਂ ਤੁਹਾਡਾ ਧੰਨਵਾਦ ਕਰੀਏ। ਬੜੇ ਭਾਗਾਂ ਵਾਲੇ ਹਾਂ ਕਿ ਮੇਰੇ ਸਤਿਗੁਰਾਂ ਸੇਵਾ ਬਖਸ਼ੀ, ਇੱਕ ਇਮਤਿਹਾਨ ਸੀ ਸਾਡੇ ਅੱਗੇ ਅਤੇ ਮੇਰੇ ਗੁਰੂ ਜੀ ਨੇ ਇਹ ਪਾਸ ਕਰਵਾਇਆ। ਸੋ ਦੂਜੀ ਬੇਨਤੀ ਮੈਂ ਇਹ ਕਰਨੀ ਹੈ, ਸਾਡੇ ਜਿੰਨੇ ਬਾਹਰ ਸੇਵਾਦਾਰ ਪਾਰਕਿੰਗ ਲਾਟ 'ਚ ਸਾਡੀਆਂ ਮਾਤਾਵਾਂ ਭੈਣਾਂ ਧੀਆਂ ਬਜ਼ੁਰਗ ਲੰਗਰ 'ਚ ਸੇਵਾ ਕਰਦੇ ਆ, ਨੌਜਵਾਨ ਬੱਚੇ ਲੰਗਰ ਵਰਤਾਉਣ 'ਚ ਸੇਵਾ ਕਰਦੇ ਆ, ਸਾਂਝਾ ਪੰਜਾਬ TV ਲਾਈਵ ਚੱਲ ਰਿਹਾ ਦੁਨੀਆਂ ਦੇ ਵਿੱਚ, ਬਾਬ ਦਸਾਂਝ ਮੇਰਾ ਛੋਟਾ ਵੀ ਉਹਦਾ, ਅਤੇ ਸਪੈਸ਼ਲ ਮੈਂ ਸਾਰੇ ਸਾਡੇ ਰੱਗੀ ਸਾਹਿਬਾਨ ਸਤਿਗੁਰਾਂ ਨੂੰ ਲੰਮੀਆਂ ਉਮਰਾਂ ਬਖਸ਼ਣ, ਬਹੁਤ ਜਾਨ ਤੋੜ ਕੇ ਸੇਵਾ ਕਰਦੇ ਸੰਗਤ ਦੀ, ਅਤੇ ਸੰਗਤ ਇਹਨਾਂ ਦਾ ਪਿਆਰ ਅਤੇ ਸਤਿਕਾਰ ਮੈਨੂੰ ਬਹੁਤ ਦਿੰਦੀ ਹੈ। ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਆਪਣੇ ਸਾਰੀ ਰਾਗੀ ਜਿੱਥੇ ਨੂੰ ਬੇਨਤੀ ਕਰਦਾ ਸਟੇਜ 'ਤੇ ਆ ਕੇ ਆਪ ਜੀ ਦੇ ਨਾਲ ਗੀਤ ਨਾਲ ਸੰਗਤ ਜੁੜਨ, ਅਤੇ ਕੁਛ ਮੈਂ ਥੋੜ੍ਹੇ ਸਮੇਂ ਬਾਅਦ ਆਪ ਜੀ ਨਾਲ ਕੁਛ ਪੰਥਕ ਵਿਚਾਰ ਜ਼ਰੂਰ ਕਰਨੇ ਆ, ਕਿਉਂਕਿ ਨਵੇਂ ਸਾਲ 'ਤੇ ਜੇ ਆਪਾਂ 18 ਵਿੱਚ ਲੇਖਾ ਜੇ ਉੱਤਰ ਨਾ ਕੀਤਾ ਤਾਂ ਆਪਾਂ ਗੁਰੂ ਤੋਂ ਬੇਮੁੱਖ ਹੈ। ਸੋ ਇਹਨਾਂ ਲਫ਼ਜ਼ਾਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।